ਪਹਿਲਾਂ ਨੂੰ ਐੜਾ ਬਈ ਖੀਰੀ ਆ ਮੂੰਹੋਂ ਖੀਰੀ ਆ ਸੂਆ ਸੀਮਨਾ ਕਿਹੜੇ ਦੀ ਆ ਕੁਛ ਪਤਾ ਇਹ ਆਪ ABS ਦੇ ਸੀਮਨ ਦੀ ਆ ਗਾਂ ਸੈਗ ਦਾ ਲੱਗਿਆ ਗਾਂ ਸੈਗ ਦਾ ਲੱਗਿਆ ਫੇਸ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਛੋਟੇ ਕੰਨ ਆ ਅਤੇ ਵਧੀਆ ਬਰੀਡ ਦੇ ਵਿੱਚ ਆ ਪੂਰੀ ਅਤੇ ਆਰਡਰ ਬਹੁਤ ਚੰਗਾ ਇਹਨੇ ਤਿਆਰ ਕਰਨਾ ਗਾ ਅਤੇ ਤਿਆਰੀ ਤੁਸੀਂ ਹੁਣ ਵੀ ਦੇਖ ਸਕਦੇ ਹੋ ਕਿਉਂਕਿ ਦਿਨ ਕਾਫੀ ਪਏ ਆ ਅਤੇ ਥਾਂ ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਸਾਰਿਆਂ ਦਾ ਧਾਲੀਵਾਲ ਡੇਅਰੀ ਫਾਰਮ ਦੇ ਉੱਤੇ ਦੋਸਤੋ ਅੱਜ ਦੀ ਵੀਡੀਓ ਆਪਾਂ ਬਣਾ ਰਹੇ ਹਾਂ ਪਿੰਡ ਜੰਡਾਂ ਵਾਲਾ ਤਹਿਸੀਲ ਗੋਨਿਆਣਾ ਮੰਡੀ ਅਤੇ ਜ਼ਿਲ੍ਹਾ ਬਠਿੰਡਾ ਪੈ ਜਾਂਦਾ ਗਾ ਸਾਹਮਣੇ ਜਿਹੜੀ ਤੁਸੀਂ ਵਹਿੜ ਦੇਖ ਰਹੇ ਹੋ ਇਹ ਵਿਕਾਊ ਆ ਗੀ ਤੁਸੀਂ ਆਪਦੀ ਤਸੱਲੀ ਕਰਕੇ ਖਰੀਦ ਸਕਦੇ ਹੋ ਚੰਗੇ ਸੀਮਨ ਦੀ ਆਪ ਆ ਅਤੇ ਜਿਹੜਾ ਅੱਗੇ ਸੀਮਨ ਲੱਗਿਆ ਅਤੇ ਉਹ ਵੀ ਚੰਗਾ ਹੀ ਲੱਗਿਆ ਗਾ ਅਤੇ ਬਾਕੀ ਘਰੇਲੂ ਪਰਿਵਾਰ ਆ ਜਿਵੇਂ ਆਮ ਘਰ ਦੀ ਲੋੜ ਵਾਸਤੇ ਪਸ਼ੂ ਰੱਖੇ ਹੁੰਦੇ ਹੈਗੇ ਕੋਈ ਵਪਾਰ ਦਾ ਕੰਮ ਨਹੀਂ ਹੈਗਾ ਗਾ ਅਤੇ ਇੱਧਰਲੇ ਪਾਸੇ ਤੁਹਾਨੂੰ ਆਪਾਂ ਪਸ਼ੂ ਦਿਖਾ ਦਿੰਦੇ ਹਾਂਗੇ ਕੁਛ ਪਸ਼ੂ ਇੱਧਰਲੇ ਪਾਸੇ ਇੰਨੇ ਕੁ ਪਸ਼ੂ ਰੱਖੇ ਹੋਏ ਹੈਗੇ ਲੋੜ ਵਾਸਤੇ ਅਤੇ ਬਾਕੀ ਤਸੱਲੀ ਤੁਸੀਂ ਕਰਨੀ ਆ ਅਤੇ ਆਪਾਂ ਬਾਈ ਤੋਂ ਸਾਰੀ ਡਿਟੇਲ ਲੈ ਕੇ ਦੇਵਾਂਗੇ ਮੁੱਲ ਵੀਡੀਓ ਦੇ ਵਿੱਚ ਹੀ ਹੋਊਗਾ ਅਤੇ ਬਾਕੀ ਤੁਹਾਨੂੰ ਆਪਾਂ ਸਾਰੀ ਤਸੱਲੀ ਕਰਾਵਾਂਗੇ ਅਤੇ ਜਿਹਨੂੰ ਪਸੰਦ ਆਉਂਦੀ ਆ ਅਤੇ ਤੁਸੀਂ ਬਾਈਆਂ ਨਾਲ ਕੰਟੈਕਟ ਕਰ ਸਕਦੇ ਹੋ ਨੰਬਰ ਸਕਰੀਨ ਦੇ ਉੱਤੇ ਚੱਲੀ ਜਾਂਦਾ ਗਾ ਇਸ ਨੰਬਰ ਦੇ ਉੱਤੇ ਸੰਪਰਕ ਕਰਕੇ ਅਤੇ ਤੁਸੀਂ ਇੱਥੇ ਆ ਕੇ ਆਪਦੀ ਪੂਰੀ ਫੁੱਲ ਤਸੱਲੀ ਕਰਕੇ ਅਤੇ ਤੁਸੀਂ ਵਹਿੜ ਨੂੰ ਖਰੀਦ ਸਕਦੇ ਹੋ ਅਤੇ ਆ ਜਾਓ ਤੁਹਾਡਾ ਆਪਾਂ ਜ਼ਿਆਦਾ ਸਮਾਂ ਨਹੀਂ ਦਿੰਦੇ ਆਪਾਂ ਬਾਈ ਨਾਲ ਗੱਲਬਾਤ ਕਰਾਉਂਦੇ ਹਾਂ ਸਾਰੀ ਅਤੇ ਤੋਰ ਕੇ ਦਿਖਾਉਂਦੇ ਹਾਂ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਆਪਣਾ ਐਡਰੈਸ ਦੱਸ ਦਿਓ ਇੱਕ ਵਾਰੀ ਜੰਡਾਂ ਵਾਲਾ ਪਿੰਡ ਆ ਬਾਈ ਠੀਕ ਆ ਤਹਿਸੀਲ ਗੋਡਾਣਾ ਮੰਡੀ ਆ ਅਤੇ ਜ਼ਿਲ੍ਹਾ ਬਠਿੰਡਾ ਪੈ ਜਾਂਦਾ ਠੀਕ ਆ ਅਤੇ ਜਿਹੜੀ ਇਹ ਆਪਾਂ ਬਾਈ ਵਹਿੜ ਵੇਚਣ ਲੱਗੇ ਹਾਂਗੇ ਅਤੇ ਇਹਦੀ ਕੀ ਡਿਟੇਲ ਹੈਗੀ ਕਿਹੜਾ ਸੂਆ ਇਹ ਪਹਿਲਾਂ ਵਹਿੜ ਆ ਬਾਈ ਖੀਰੀ ਆ ਮੂੰਹੋਂ ਖੀਰੀ ਆ ਸੂਆ ਪਹਿਲਾਂ ਹੀ ਆ ਸੂਆ ਪਹਿਲਾਂ ਠੀਕ ਆ ਅਤੇ ਹਜੇ 15 ਤੋਂ 18 ਦਿਨ 1 ਤਰੀਕ ਨੂੰ ਦਿਨ ਪੂਰੇ ਆ 1 ਤਰੀਕ ਨੂੰ ਦਿਨ ਪੂਰੇ ਆ ਠੀਕ ਆ ਫਿਰ ਤਾਂ ਜਾਣੀ ਕਾਫੀ ਦਿਨਾਂ ਦੀ ਕੱਚੀ ਆ ਹੈ ਨਾ ਠੀਕ ਹੈ ਅਤੇ ਹੈ ਘਰ ਦੀ ਆਪਣੀ ਬਾਈ ਇਹ ਠੀਕ ਹੈ ਸੀਮਨਾ ਕਿਹੜੇ ਦੀ ਆ ਕੁਛ ਪਤਾ ਗਾਂ ਸੈਗ ਦਾ ਲੱਗਿਆ ਵਾ ਜਾਣੀ ਪ੍ਰੋਪਰ ਨੀ ਜਾਣੀ ਨਾ ਨੀ ਪਤਾ ਹਨਾ ਠੀਕ ਆ ਵੀ ਤੂੰ ਚੰਗਿਆਂ ਦੀ ਗੱਭਣ ਹੈਗੀ ਠੀਕ ਹੈ ਅਤੇ ਦੇਣ ਦੱਸਿਆ ਸੀਗਾ ਵੀ 1 ਤਰੀਕ ਨੂੰ ਇਹਦੇ ਪੂਰੇ ਹੋਣੇ ਹਨਾ ਠੀਕ ਹੈ ਅਤੇ ਰੇਟ ਆਪਾਂ ਕੀ ਰੱਖਿਆ ਬਾਈ ਇਹਦਾ ਇੱਕ ਲੱਖ 30 ਹਜ਼ਾਰ ਇਹਦੀ ਡਿਮਾਂਡ ਆ ਗਈ ਠੀਕ ਆ ਬਾਕੀ ਮੌਕੇ 'ਤੇ ਮਾੜਾ ਮੋਟਾ ਹੋ ਜੂਗਾ ਹੈ ਨਾ ਠੀਕ ਹੈ ਅਤੇ ਇਹਦੀ ਮਾਂ ਦਾ ਰਿਕਾਰਡ ਕੁਛ ਪਤਾ ਬਾਈ ਕਿੰਨਾ ਕੁ ਸੀਗਾ ਠੀਕ ਆ 25 ਕਿਲੋ ਮਤਲਬ ਮਾਂ ਦਾ ਰਿਕਾਰਡ ਸੀਗਾ ਅੱਛਾ ਤਾਂ ਕਰਕੇ ਸੇਲ ਕਰਤੀ ਠੀਕ ਹੈ ਤੇ ਹੈ ਆਪਣੇ ਜਾਣੀ ਘਰ ਦੇ ਹੀ ਆ ਨਾ ਜਾਨਵਰ ਠੀਕ ਹੈ ਠੀਕ ਹੈ ਤੇ ਇਹ ਵੀ ਮਤਲਬ ਫਿਰ ਘਰ ਹੀ ਮਤਲਬ ਜੰਮੀ ਬਲੀ ਹੈਗੀ ਠੀਕ ਹੈ ਠੀਕ ਹੈ ਤੇ ਇੱਕ ਵਾਰੀ ਖੋਲ ਕੇ ਬਾਈ ਗੇੜਾ ਦਵਾ ਦੇ ਲਓ ਵੀ ਦੋਸਤੋ ਡਿਟੇਲ ਆਪਾਂ ਤੁਹਾਨੂੰ ਲਈ ਦਿੱਤੀ ਹੈ ਸਾਰੀ ਅਤੇ ਬਾਕੀ ਤੁਸੀਂ ਆਪਦੀ ਤਸੱਲੀ ਕਰਕੇ ਖਰੀਦ ਸਕਦੇ ਹੋ ਦੰਦੋਂ ਹਜੇ ਖੀਰ ਹੋਈ ਹੈਗੀ ਅਤੇ ਕੱਦ ਵੀ ਠੀਕ ਆ ਫੇਸ ਕੁਆਲਿਟੀ ਦੇਖ ਸਕਦੇ ਹੋ ਚੰਗੇ ਸੀਮਨ ਦੀ ਅੱਗੇ ਵੀ ਚੰਗਾ ਲੱਗਿਆ ਵਾ ਅਤੇ ਗੱਲ ਕਰ ਰਿਕਾਰਡ ਨਹੀਂ ਮਤਲਬ ਪ੍ਰੋਪਰ ਰੱਖਿਆ ਗਿਆ ਅਤੇ ਬਾਕੀ ਤੁਸੀਂ ਆਰਡਰ ਕੁਆਲਿਟੀ ਦੇਖ ਸਕਦੇ ਹੋ ਬਹੁਤ ਵਧੀਆ ਬਣਾਉਂਦੀ ਆਉਂਦੀ ਹੈਗੀ ਫੇਸ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਛੋਟੇ ਕੰਨ ਆ ਅਤੇ ਵਧੀਆ ਬਰੀਡ ਦੇ ਵਿੱਚ ਆ ਪੂਰੀ ਅਤੇ ਆਰਡਰ ਬਹੁਤ ਚੰਗਾ ਇਹਨੇ ਤਿਆਰ ਕਰਨਾ ਗਾ ਅਤੇ ਤਿਆਰੀ ਤੁਸੀਂ ਹੁਣ ਵੀ ਦੇਖ ਸਕਦੇ ਹੋ ਕਿਉਂਕਿ ਦਿਨ ਕਾਫੀ ਪਏ ਆ ਅਤੇ ਥਣ ਵੀ ਬਹੁਤ ਵਧੀਆ ਉਮੀਦ ਆ ਵੀ ਕੱਢੂਗੀ ਇੱਕੋ ਜਿਹੇ ਥਾਂ ਆ ਗਏ ਪੂਰੇ ਅਤੇ ਬੰਦ ਹਵਾਨੇ ਦੇ ਵਿੱਚ ਹੈਗੇ ਅਤੇ ਪ੍ਰਿੰਟ ਪੂਰਾ ਸੋਹਣਾ ਗਾ ਅਤੇ ਤੁਸੀਂ ਆਪਦੀ ਤਸੱਲੀ ਕਰਕੇ ਇੱਥੇ ਆ ਕੇ ਅਤੇ ਚਮਕ ਵੀ ਪੂਰੀ ਹੈਗੀ ਵਹਿੜ ਦੇ ਵਿੱਚ ਅਤੇ ਸਮੀ ਬਲੀ ਵੀ ਚੰਗੀ ਹੈਗੀ
ਅਤੇ ਤਿਆਰੀ ਦਾ ਹੁਣ ਹੀ ਪਤਾ ਲੱਗਦਾ ਵੀ ਤਿਆਰੀ ਬਹੁਤ ਆ ਗਈ। ਅਤੇ ਬਾਕੀ ਤੁਸੀਂ ਆਪਦੀ ਤਸੱਲੀ ਕਰਕੇ ਅਤੇ ਖਰੀਦ ਸਕਦੇ ਹੋ ਬੈੜਨ ਕਿ ਤੁਹਾਨੂੰ ਨੇੜਿਓਂ ਇੱਕ ਵਾਰੀ ਦਿਖਾ ਦਿੰਦੇ ਹਾਂ ਆਪਾਂ ਅਤੇ ਦੇਖ ਸਕਦੇ ਹਾਂ ਤੁਸੀਂ ਥਾਣਾ ਦਾ ਸਾਈਜ਼ ਵੀ ਬਹੁਤ ਵਧੀਆ ਬਣਾਊਗੀ ਇਹ ਆਰਡਰ ਦੇਖ ਸਕਦੇ ਹਾਂ ਤੁਸੀਂ ਮੂਹਰ ਨੂੰ ਵੀ ਚੰਗਾ ਕੱਢੂਗੀ ਬਾਕੀ ਥਾਣਾ ਦਾ ਸਾਈਜ਼ ਬਹੁਤ ਵਧੀਆ ਹੈਗਾ ਅਤੇ ਬੈਕ ਸਾਈਡ ਤੋਂ ਤੁਸੀਂ ਦੁਬਾਰੇ ਦੇਖ ਸਕਦੇ ਹੋ ਅਤੇ ਬਾਕੀ ਪੈਠ ਬੋੜੇ ਦੀ ਵੀ ਦੇਖ ਸਕਦੇ ਹੋ ਚੰਗੀ ਹੈ ਪੂਰੀ ਅਤੇ ਤੁਸੀਂ ਆਪਦੀ ਤਸੱਲੀ ਕਰਕੇ ਖਰੀਦ ਸਕਦੇ ਹੋ ਅਤੇ ਵੀਡੀਓ 'ਚ ਐਂਡ ਤਾਈਂ ਜੁੜਨ ਲਈ ਸਾਰਿਆਂ ਦਾ ਧੰਨਵਾਦ ਆ ਜੀ। ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਅਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ।